ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਾਜਵਾ ਐਗਰੀਕਲਚਰ ਚੈਨਲ 'ਤੇ। ਅੱਜ ਅਸੀਂ ਕਰਾਂਗੇ ਜੀ ਕਣਕ ਬਾਸਕਟ ਦੀ ਸੈਟਿੰਗ। ਸਵਾਓ ਦੇਖਦੇ ਹਾਂ ਕਿਵੇਂ ਕਰੀਦੀ ਹੈ, ਸਟੈਪ ਬਾਏ ਸਟੈਪ ਸਾਰਾ ਕੁਝ ਦੱਸਿਆ ਜਾਵੇਗਾ। ਵੀਡੀਓ ਨੂੰ ਸਕਿੱਪ ਨਾ ਕਰਿਓ, ਫੁੱਲ ਵੀਡੀਓ ਜ਼ਰੂਰ ਦੇਖਿਓ ਜੀ। ਸਭ ਤੋਂ ਪਹਿਲਾਂ ਚੂੜੀ ਨੂੰ ਫੁੱਲ ਟਾਈਟ ਕਰਕੇ ਅਤੇ ਲੀਵਰ ਨੂੰ ਲਾ ਦੇਣਾ ਹੈ ਜੀ। ਇੱਕ ਲੈਣਾ ਜੀ 10 ਨੰਬਰ ਬੋਲਟ, ਇੱਕ ਲੈਣੀ ਅਲੀਵੇਟਰ ਚੈਨ ਦੀ ਲੋਕ ਪੱਤਰੀ। ਥਰੈਸ਼ਰ ਦੀ ਸੈਟਿੰਗ ਬਾਹਰ ਤੋਂ ਨਹੀਂ ਕਰਨੀ ਕਿਉਂਕਿ ਬਾਹਰੋਂ ਵੱਡੀਆਂ ਛੋਟੀਆਂ ਹੁੰਦੀਆਂ ਹਨ। ਉਸਦੀ ਸੈਟਿੰਗ ਘੇਰੇ ਤੋਂ ਕਰਨੀ ਹੈ, ਦੋਨੋਂ ਸਾਈਡਾਂ ਦੇਖ ਲੈਣੀ ਹੈ ਕਿ ਬਰਾਬਰ ਹੈ ਜੀ। ਫਰੰਟ ਸਾਈਡ ਦੀ ਸੈਟਿੰਗ ਲਈ ਬਾਰ ਅਤੇ ਬਾਸਕਟ ਦੇ ਵਿਚਕਾਰ ਤੁਸੀਂ 10 ਨੰਬਰ ਦੇ ਬੋਲਟ ਦੀ ਚੂੜੀ ਵਾਲੀ ਸਾਈਡ ਲਗਾਉਣੀ ਹੈ। ਇਹ ਜ਼ਿਆਦਾ ਟਾਈਟ ਨਹੀਂ ਹੋਣੀ ਚਾਹੀਦੀ, ਬਿਲਕੁਲ ਆਰਾਮ ਨਾਲ ਜਾਣੀ ਚਾਹੀਦੀ ਹੈ। ਦੋਨਾਂ ਸਾਈਡ ਲਗਾ ਕੇ ਦੇਖ ਲੈਣੀ ਹੈ ਕਿ ਕਿਸੇ ਸਾਈਡ ਟਾਈਟ ਨਾ ਹੋਵੇ, ਬਿਲਕੁਲ ਆਰਾਮ ਨਾਲ ਜਾਣੀ ਚਾਹੀਦੀ ਹੈ ਜੀ। ਉਸ ਤੋਂ ਬਾਅਦ ਤੁਸੀਂ ਬੈਕ ਸਾਈਡ 'ਤੇ ਲੋਕ ਪੱਤਰੀ ਲਗਾਉਣੀ ਹੈ ਬਾਸਕਟ ਦੇ ਬਾਰ ਦੇ ਵਿਚਕਾਰ। ਇਹ ਵੀ ਬਿਲਕੁਲ ਟਾਈਟ ਨਹੀਂ ਹੋਣੀ ਚਾਹੀਦੀ ਅਤੇ ਨਾ ਜ਼ਿਆਦਾ ਲੂਜ਼ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਤੁਸੀਂ ਦੂਸਰੀ ਸਾਈਡ ਲਗਾ ਕੇ ਵੀ ਚੈੱਕ ਕਰ ਲੈਣੀ ਹੈ, ਦੂਸਰੀ ਸਾਈਡ ਵੀ ਬਿਲਕੁਲ ਬਰਾਬਰ ਹੈ। ਸਾਰੀ ਸੈਟਿੰਗ ਹੋਣ ਤੋਂ ਬਾਅਦ ਆਪਾਂ ਜਿਹੜੇ ਥਰੈਸ਼ਰ ਦੇ ਨਾਟ ਆ ਉਹ ਵੀ ਚਿਗਨਟ ਕਰ ਦੇਣੇ ਆ, ਸਾਰੇ ਡਬਲ ਕਰਕੇ ਚਿਗਨਟ ਕਰ ਦੇਣੇ ਆ, ਅਤੇ ਬਾਸਕਟ ਦੇ ਨਾਟ ਵੀ ਸਾਰੇ ਚਿਗਨਟ ਕਰ ਦੇਣੇ ਆ ਤਾਂ ਜੋ ਆਪਣੀ ਸੈਟਿੰਗ ਖਰਾਬ ਨਾ ਹੋਵੇ। ਫਰੰਟ ਸਾਈਡ ਤੋਂ ਬਾਸਕਟ ਦੇ ਨਾਟ ਵੀ ਚਿਗਨਟ ਕਰ ਦੇ, ਬੈਕ ਸਾਈਡ ਤੋਂ ਬਾਸਕਟ ਦੇ ਨਾਲ ਚਿਗਨਟ ਕਰ ਦੇਣੇ ਤਾਂ ਜੋ ਆਪਾਂ ਜੋ ਵੀ ਸੈਟਿੰਗ ਕੀਤੀ ਉਹ ਖਰਾਬ ਨਾ ਹੋਵੇ ਅਤੇ ਸੀਜ਼ਨ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਇੱਦਾਂ ਦੀ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓਸ ਨੂੰ ਲਾਈਕ ਕਰੋ। ਬਹੁਤ ਬਹੁਤ ਧੰਨਵਾਦ ਜੀ।